अल्ट्रासाउंड सेंटर के ऊपर 700 रुपए चल रहा ताकि 250 रुपए जीरो कमीशन तक का गैप हो गया सर। खुद मैं माता पुछले सर एक ही रेडियोलॉजिस्ट का जो अल्ट्रासाउंड करता है सर, महीने च 20 दिन छुट्टी दे रहे 15 दिन ट्रेन से चले गए, कितने छुट्टी दे चले गए, फिर उसे कोई नहीं होता, एक कोई मशीन है डॉक्टर बिल्कुल सामने है। 1500 रुपए खुद मैं करवाया जी, उसे 500 रुपए का डॉक्टर की कमीशन है जी, 1000 रुपए का तुम जमा करवा दो। और केवी हॉस्पिटल एक मशीन पई है, बस कोई नहीं है। मैं जवाब दे रहा हूँ जी, देखो एक होंगी है डिमांड एंड सप्लाई। जिहड़े रेडियोलॉजिस्ट है ना जी, असी एक जिहड़ा नवां असी काम कीता, साडे कोले 300 डॉक्टर साडे कोले हर साल पीजी करन आंदे आ, उन्हां दे विच्चों कुछ तां साडे जिहड़े पीसीएमएस चों आंदे आ, जिहड़े 2 साल दा बॉन्ड भरदे आ असी 2 साल सरकारी नौकरी करांगे, और जिहड़े बाहरों आंदे आ ऑल इंडिया कोटा चों आंदे 1 साल दा बॉन्ड भरदे आ। उह पिछले 30 साल तों लोग पीजी करके जाई जा रहे आ, ना इन्हां ने बॉन्ड मनी लई उन्हां कोलों, ना उन्होंने जॉब ली। इस बारी मेरे कोले 300 आए सी, मेरे कोले उहदे विच रेडियोलॉजिस्ट भी सी, 20 गायनेकोलॉजिस्ट भी सी, 20 मैडिसिन दे भी सी। साडे कोले मैडिकल कॉलेज दे विच भी शॉर्टेज सी, मेरा मैडिकल कॉलेज का जिहड़ा खप्पा सी ओह सारा भर गया। असी उन्हां नूं सारिआं नूं कहा जी, असी उन्हां नूं कि तुसीं भाई जां तां सानूं पैसे दिओ, तुसीं देखो जे 300 बच्चे 10-10 लख 20-20 लख रुपए देणगे तुहाडे कोले, एटलीस्ट यू हैव द कैपिटल, तुसीं उहनूं यूज़ कर सकदे हो। ਅਤੇ ਉਹਦੇ ਵਿੱਚੋਂ ਜਿਹੜੇ ਸਾਰੇ ਬੰਦੇ ਜੁਆਇਨ ਕਰ ਗਏ, 4-5 ਨੇ, ਉਹਦੇ 'ਚ ਸਭ ਤੋਂ ਜ਼ਿਆਦਾ ਪ੍ਰੋਬਲਮ ਸਾਨੂੰ ਰੇਡੀਓਲੋਜਿਸਟ ਦੀ ਆਉਂਦੀ ਆ। ਉਹ ਕਹਿੰਦੇ ਸਾਨੂੰ 10 ਲੱਖ ਲੈ ਲਓ, 20 ਲੱਖ ਲੈ ਲਓ, ਕਿਉਂਕਿ ਉਹਨਾਂ ਨੂੰ ਬਾਹਰ ਬਹੁਤ ਜ਼ਿਆਦਾ ਪੈਸੇ ਮਿਲਦੇ ਆ, ਇਹਦੀ ਇੱਕ ਸ਼ੋਰਟੇਜ ਆ। ਇਹਦੇ ਵਾਸਤੇ ਅਸੀਂ ਕੀ ਕਰ ਰਹੇ ਹਾਂ, ਇਹਦੇ ਵਾਸਤੇ ਮੈਂ 6 ਮਹੀਨੇ ਦੀ ਟ੍ਰੇਨਿੰਗ ਸਿਰਫ ਅਲਟਰਾਸੋਨੋਲੋਜੀ, ਉਹ ਮੈਂ ਡਾਕਟਰਸ ਲੈ ਕੇ, ਦੇਖੋ ਜਦੋਂ ਆਪਾਂ ਜਦੋਂ ਪਿਛਲੀ ਕੋਈ ਕਮੀ ਪੇਸ਼ੀ ਹੋਵੇ ਨਾ ਜੀ, ਮੈਂ ਕੋਈ ਰਾਜਨੀਤੀ ਨਹੀਂ ਕਰ ਰਿਹਾ, ਉਹਨੂੰ ਮੈਂ ਜੇ ਸਟਾਫ ਨੂੰ ਟ੍ਰੇਨ ਕਰਾਉਣਾ, ਮੈਨੂੰ ਮਿਨੀਮਮ 6 ਮਹੀਨੇ ਲੱਗਣਗੇ। ਮੈਂ 6 ਮਹੀਨੇ ਦਾ ਕੋਰਸ ਸ਼ੁਰੂ ਕਰਾ ਰਿਹਾ ਕਿ ਉਹ ਅਲਟਰਾਸਾਊਂਡ ਕਰਨ ਲੱਗ ਜਾਣ, ਡਾਕਟਰਸ ਤਾਂ ਟ੍ਰੇਨ ਕਰਨੇ ਪੈਣਗੇ ਮੈਨੂੰ, ਉਹਨੂੰ ਰੱਖਣੇ ਪੈਣਗੇ, ਮੈਂ ਉਹਨਾਂ ਨੂੰ ਇਨਸੈਂਟੀਵਾਈਜ਼ ਕਰ ਰਿਹਾ। ਉਹਦੇ ਵਿੱਚ ਮੈਂ ਕੀ ਕਰ ਰਿਹਾ ਵੀ ਜਿਹੜੇ ਜਿਹੜਾ ਇੰਸ਼ੋਰੈਂਸ ਦਾ ਕੰਮ ਕਰਨਗੇ, ਜਿਹੜਾ ਡਾਕਟਰ ਚੰਗਾ ਕੰਮ ਕਰੇਗਾ, ਜਿਹੜਾ ਵੱਧ ਸਰਜਰੀਜ਼ ਕਰੇਗਾ, ਵੱਧ ਐਮਰਜੈਂਸੀ ਸਟੈਂਡ ਕਰੇਗਾ, ਵੱਧ ਅਲਟਰਾਸਾਊਂਡ ਕਰੇਗਾ, ਉਹਦੇ ਵਿੱਚ ਜਿੰਨੇ ਇੰਸ਼ੋਰੈਂਸ ਦੇ ਪੈਸੇ ਆਉਣਗੇ, ਅਸੀਂ ਉਹਦੇ 'ਚੋਂ ਇੱਕ ਸਿਸਟਮ ਬਣਾ ਦਿੱਤਾ ਵੀ ਜਿੰਨੇ ਤਾਂ ਸਰਕਾਰ ਦਾ ਹਿੱਸਾ ਉਹਨੂੰ ਸਰਕਾਰ ਨੂੰ ਚਲਾ ਜਾਏਗਾ, ਜਿਹੜੇ ਬਾਕੀ ਪੈਸੇ ਬਚਣਗੇ ਖਰਚਾ ਕੱਢ ਕੇ ਸਰਕਾਰ ਦਾ, ਠੀਕ ਹੈ ਜੀ, ਚਾਹੇ ਓਪਰੇਸ਼ਨ ਹੈ ਉਹਦੇ ਇੰਨੇ ਮੈਡੀਸਨ ਦੇ ਹੋ ਗਏ, ਇੰਨੇ ਜਿਹੜੇ ਹੈਗੇ ਆ ਜਿਹੜੇ ਗਵਰਨਮੈਂਟ ਦੇ ਵੀ ਕੁਛ ਯੂਜ਼ਰ ਚਾਰਜਸ ਹੁੰਦੇ ਆ, ਯੂਜ਼ਰ ਚਾਰਜਸ ਕੱਟ ਤੇ ਜਿਹੜੇ ਬਾਕੀ ਪੈਸੇ ਬਚੇ ਉਹਦੇ 'ਚੋਂ ਅਸੀਂ 1% ਡਾਕਟਰ ਨੂੰ ਦੇਵਾਂਗੇ, ਬਾਕੀ ਸਟਾਫ ਨੂੰ ਦੇਵਾਂਗੇ। ਮੇਰੀ ਕੋਸ਼ਿਸ਼ ਇਹ ਹੈ ਕਿ ਜਿਹੜੇ ਉਹਦੇ 'ਚ ਨਾ ਆਪਾਂ ਨੂੰ ਇੱਕ ਗੱਲ ਸਮਝਣੀ ਪਏਗੀ ਕਿ ਜਿਹੜਾ ਸਰਕਾਰੀ ਡਾਕਟਰ ਹੈ ਉਹਦੀ ਤਨਖਾਹ ਦਾ ਅਤੇ ਜਿਹੜਾ ਪ੍ਰਾਈਵੇਟ ਡਾਕਟਰ ਦੀ ਤਨਖਾਹ ਦਾ ਜ਼ਮੀਨ ਅਸਮਾਨ ਦਾ ਫਰਕ ਹੈ, ਉਹਨਾਂ ਦੇ 4 ਗੁਣਾ ਮਿਲਦੇ ਆ ਉਹਨਾਂ ਨੂੰ। ਸੋ ਮੈਂ ਕੋਸ਼ਿਸ਼ ਕਰ ਰਿਹਾ ਵੀ ਉਹ ਹਸਪਤਾਲ ਦੇ ਵਿੱਚ ਕੰਮ ਕਰਨ, ਪੇਸ਼ੈਂਟ ਵਾਸਤੇ ਫ੍ਰੀ ਰਹੇ, ਜਿਹੜਾ ਸਾਡੇ ਕੋਲ ਇੰਸ਼ੋਰੈਂਸ ਤੋਂ ਜਾਂ ਹੋਰ ਕੋਈ ਵਧੀਆ ਕੰਮ ਕਰਦਾ, ਅਸੀਂ ਮੈਂ ਉਹਨਾਂ ਨੂੰ ਇਨਸੈਂਟਿਵ ਬਣੀ ਦੇ ਸਕਾਂ, ਇਹ ਵੀ ਮੈਂ ਬਹੁਤ ਜਲਦੀ ਲਾਗੂ ਕਰਨ ਜਾ ਰਿਹਾ। ਸ਼ੁਰੂਆਤ ਤੁਹਾਡੇ ਇਲਾਕੇ 'ਚ ਹੋ ਰਹੀ ਹੈ ਸਰ? ਸਰ ਮੇਰੀ ਖੁਸ਼ਕਿਸਮਤੀ ਹੈ, ਅੱਜ ਸਾਰਾ ਪਟਿਆਲਾ ਸ਼ਹਿਰ ਗਦਗਦ ਹੋਇਆ ਪਿਆ ਕਿ ਸਾਡੇ ਨੈਸ਼ਨਲ ਕਨਵੀਨਰ ਮੁੱਖ ਮੰਤਰੀ ਦਿੱਲੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ, ਉਹਨਾਂ ਦੀ ਜਿਹੜੀ ਇਹ ਗਰੰਟੀ ਸੀ, ਇਹ ਇਲੈਕਸ਼ਨ ਤੋਂ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਜੋ ਸਿਹਤ ਅਤੇ ਐਜੂਕੇਸ਼ਨ ਦੇ ਸਿੱਖਿਆ ਦੇ ਫੀਲਡ ਦੇ ਵਿੱਚ ਜੋ ਰੈਵੋਲਿਊਸ਼ਨ ਲਿਆਉਣੀ ਸੀ, ਅੱਜ ਉਸਦਾ ਜਿਹੜਾ ਹੈ ਮੈਡੀਕਲ ਜਿਹੜਾ ਹੈ ਫੀਲਡ ਦੇ ਵਿੱਚ ਜਿਹੜਾ ਉਹਦਾ ਆਗਾਜ਼ ਜਿਹੜਾ ਹੈ ਪਟਿਆਲੇ ਸ਼ਹਿਰ ਤੋਂ ਹੋਣ ਜਾ ਰਿਹਾ। ਮੈਂ ਧੰਨਵਾਦ ਕਰਦਾ ਹਾਂ ਸਾਡੇ ਸਿਹਤ ਮੰਤਰੀ ਡਾਕਟਰ ਬਲਬੀਰ ਜੀ ਦਾ, ਜਿਨ੍ਹਾਂ ਨੇ ਮਾਤਾ ਕਸ਼ਲਿਆ ਹੋਸਪਿਟਲ ਨੂੰ, ਪਹਿਲਾਂ ਦੇਖੋ ਤੁਸੀਂ ਰਜਿੰਦਰਾ ਹੋਸਪਿਟਲ ਦੇ ਵਿੱਚ ਵੀ ਇਹਨਾਂ ਨੇ ਐਮਰਜੈਂਸੀ ਵਾਰਡ ਨੂੰ ਅਤੇ ICU ਨੂੰ ਕਿੰਨਾ ਅਪਗ੍ਰੇਡ ਕੀਤਾ ਜੀ, ਅਤੇ ਅੱਜ ਉਸ ਤੋਂ ਵੀ ਬਿਹਤਰ ਜਿਹੜਾ ਫੈਸਿਲਿਟੀ ਜਿਹੜੀਆਂ ਨੇ ਉਹ ਪਟਿਆਲੇ ਸ਼ਹਿਰ ਨੂੰ ਮਿਲਣ ਜਾ ਰਹੀਆਂ ਨੇ ਮਾਤਾ ਕਸ਼ਲਿਆ ਹਸਪਤਾਲ ਦੇ ਵਿੱਚ। ਇਹਨਾਂ ਦਾ ਧੰਨਵਾਦ ਕਰਦਾ ਹਾਂ, ਔਰ ਜਿੱਥੇ ਪਟਿਆਲਾ ਸ਼ਹਿਰ ਨੂੰ ਇਹ ਜਿਹੜੀ ਹੈ ਸੌਗਾਤ ਮਿਲੀ ਹੈ, ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਇਹ ਰੈਵੋਲਿਊਸ਼ਨ ਜਿਹੜੀ ਹੈ ਉਹ ਹਰ ਇੱਕ ਗਲੀ ਹਾਲ ਇੱਕ ਮੁਹੱਲੇ ਤੱਕ ਪਹੁੰਚੇਗੀ। ਇਹਨਾਂ ਦੇ ਮਸਲੇ ਬਾਰੇ ਗੱਲ ਇਹ ਹੈ ਵੀ ਮੈਂ ਇੰਟਰਵਿਊ ਪੜ੍ਹੀ ਮਜੀਠੀਆ ਸਾਹਿਬ ਦੀ, ਉਹ ਕਹਿੰਦਾ ਵੀ ਅਸੀਂ ਤੁਹਾਡੇ ਨਾਲ ਆ, ਪਰ ਬੜੀ ਹੈਰਾਨੀ ਦੀ ਗੱਲ ਹੁੰਦੀ ਇਹ ਹੈਗੀ ਹੈ ਵੀ ਜਦੋਂ ਇਸੇ ਸਰਕਾਰ ਨੇ, ਉਹ ਮਜੀਠੀਆ ਸਰਕਾਰ ਸੀ, ਮਜੀਠੀਆ ਖੁਦ ਮੰਤਰੀ ਸੀ 2015 ਦੇ ਵਿੱਚ ਜਦੋਂ ਖਹਿਰਾ ਸਾਹਿਬ 'ਤੇ ਇਹ ਕੇਸ ਹੋਇਆ, ਅਤੇ ਅੱਜ ਉਹ ਕਹਿੰਦੇ ਸੀ ਨਾਲ ਆ, ਤੁਸੀਂ ਕਿਸ ਕੀਤਾ ਹੈ ਪੂਰੀ ਫਿਰ 15 ਸਰਕਾਰ ਆ ਗਈ, ਕਾਂਗਰਸ ਦੀ ਆ ਗਈ 5 ਸਾਲ, ਅਸੀਂ ਅਪੋਜੀਸ਼ਨ ਦੇ ਵਿੱਚ ਸੀਗੇ, ਅਤੇ ਉਦੋਂ ਵੀ ਉਹ ਕੰਮ ਚੱਲ ਰਿਹਾ ਸੀਗਾ, ਸੁਪਰੀਮ ਕੋਰਟ ਵੱਲੋਂ ਆ ਗਿਆ, ਨਾਲ ਉਹਦੀ ਜਾਂਚ ਕਰਨ ਵਾਸਤੇ ਕਿਹਾ ਗਿਆ, ਸਿੱਟ ਬੈਠੀ ਬਕਾਇਦਾ 23 ਦੇ ਵਿੱਚ, 23 ਅਪ੍ਰੈਲ 23 ਦੇ ਵਿੱਚ, ਅਤੇ ਸਿੱਟ ਦੇ ਵਿੱਚੋਂ ਇਹਨਾਂ ਦਾ ਜਿਹੜਾ ਹੈਗਾ ਕਾਨੂੰਨ ਦੇ ਮੁਤਾਬਕ ਉਹ ਵਿੱਚ ਉਹਦਾ ਇਨਵੋਲਵਮੈਂਟ ਪਾਈ ਗਈ ਹੈ, ਅਤੇ ਇਨਵੋਲਵਮੈਂਟ ਪਾਉਣ ਤੋਂ ਬਾਅਦ ਕਾਨੂੰਨ ਨੇ ਫੜਿਆ,
जिहड़े कोई रेस्ट वारंट जारी होंदे है वह भगवंत मान की सरकार वालों नहीं होंदे, कानून वालों, हैल्थ वालों, कोर्ट वालों होंदे है। सो कोर्ट ने अपना काम कर रहा वो साड़ी सरकार का की मतलब है? सो जिहड़ा कोई काम हो रहा है वह सारा एज पर लॉ हो रहा है, इस तो बाद नहीं कोई हो रहा। सर देखो गल एक है, अरविंद केजरीवाल जी भी साढ़े स्पष्ट इस गल स्पष्ट है भी सारा गठजोड़ है, ये साढ़े देश में बचाने वास्ते बहुत जरूरी है, क्योंकि जिस तरह की फिरका प्रस्ती की एक फिलोसफी चलाई जा रही है केंद्र सरकार वालों, जिस तरह का उत्तर जिम्मे मणिपुर है या होर सिंध नूह के हिंसा हुई है, होर हिंसा हुई है, टारगेटेड हिंसा मतलब जी है वायलेंस हो रही है, तो यू रोकने वास्ते जी संविधान बदलने की कोशिश की जा रही ने, तो होर सारे जो कर रहे हैं वो एक नैशन के साथ एक कौमी चरित्र के एंटी ने, तो असं चाहते हैं भी एक एक पूरा गठजोड़ हो और अपनिया जो नुकसान भी होंगे असं अपना असं समझते हैं तो गठजोड़ बन के एक इसकार लाना मोदी सरकार लाना बहुत जरूरी है। जिस तरह की राज्यपाल की भूमिका चल रही है, देखो राज्यपाल असं सारे मतलब पोलिटिकल बंदे हैं, ये साडा काम है कि असं दौरे करिए असं कम करिए, राज्यपाल गवर्नर जो गवर्नर साहब ने वो किस तरह एक बीजेपी का मतलब बन के नुमाइंदा बन के शहर के जा रहे हैं, बॉर्डर से जा रहे हैं, पीसी कर रहे हैं, तुम एक प्रबंधक हो तुम चंडीगढ़ के, तुम उत्थे करो पीसी करो, वो तुम मतलब दफ्तर चैक करो, होर चैक करो, पर पंजाब में पंजाब में तो कम कर देना, मानसा भी एक वजिए कम कर रहे हैं। एक मिनट गल सुनो, हाँ जी दसो, कैप्टन अमरिंदर सिंह नू माझा ब्रिगेड ने डरा लिया सीगा कि हुण वी माझा ब्रिगेड स्ट्रोंग है कि हैवी हो रही है? देखो जी कोई माझा ब्रिगेड नहीं, कोई किसी किस्म का मालवा ब्रिगेड नहीं, कोई होर ब्रिगेड नहीं, पंजाब दे विच जिहड़ा हैगा बिल्कुल मतलब जिहड़ा हैगा भगवंत मान जी सरकार विच चला रही है और बड़ा ईमानदार काम कर रहा है। देखो एक किसी मुख्यमंत्री वालों तुसीं मुख्यमंत्री पहले भी देखी है, अपनी मेरी उम्र भी 66 साल हो गई, असीं पहला घट्टो घट्ट जे ज़्यादा नहीं तो असीं 60-70 तो बाद तो असीं सब कुछ देख ही रहे कि कुछ हो रहा है। सो अज मुख्यमंत्री साहब जिस तरह का मतलब सरकार चला रहे हैं वो बहुत वधिया चला रहे हैं, पंजाब के हित में है। गुरमीत चौहान का तबादला होया उहनूं किवें देखदे हो? देखो जिहड़ी सरकार की प्रायोरिटी है कि सरकार ने किस तरह सरकार चलानी है, किस तरह काम करना है, ये आप किमें कोई तबादला करना है, तबादला होंगे रहते हैं, तबादला कोई वही गल नहीं, नॉर्मल भी होगा। कोई गल नहीं जी, कोई गल नहीं, जो विधायकी शानदार हुई है साढ़े को बैठे लखना साहब, यह उस वक्त के उतों के तरन तारण के नाल संबंधित वेयर हाउस के चेयरमैन ने लखना साहब तो पुछो, साढ़े को वीडियो पे ने।